ਉੱਤ ਕਰ ਸਿੱਧਾ ਕਰ ਇਹਨੂੰ। ਓਹ ਕੀ ਕਰਦੀ ਹੈ। ਹਾਂ ਇੱਕ ਦਿਨ ਨਾ ਇਹ ਡਾਈ ਦਾ ਵੀ ਚੱਕਰ ਹੀ ਹੈ, ਤਿੰਨਾਂ ਦਿਨਾਂ ਬਾਅਦ ਵਾਲ ਫਿਰ ਚਿੱਟੇ ਹੋ ਜਾਂਦੇ ਆ। ਉਮਰਾਂ ਵੀ ਤੇ ਹੋ ਹੀ ਗਈਆਂ ਨਾ ਫਿਰ। ਅੱਛਾ ਉਮਰਾਂ ਸਾਡੀਆਂ ਉਮਰਾਂ, ਤੂੰ ਨਿਆਣੀ ਆ ਲੈ ਹੈ। ਲੇਡੀਜ਼ ਤੇ ਆਲਵੇਜ਼ ਫੋਰਐਵਰ ਯੰਗ ਰਹਿੰਦੀਆਂ ਨੇ। ਫੋਨ ਚੱਕ ਦੇ ਕਿਦਾਂ ਆਂਦਾ ਪਿਆ, ਸਿੱਧਾ ਕਰ। ਹਾਂ ਫੋਨ ਦੇਖ। ਓਹੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਭਰਜਾਈ। ਭਾਜੀ ਸਤਿ ਸ੍ਰੀ ਅਕਾਲ। ਭਾ ਕੀ ਕਰਦਾ ਪਿਆ? ਡਾਈ ਕਰ ਰਹੇ ਨੇ। ਕੋਰੀਅਰ ਭੇਜਿਆ ਸੀ, ਮਿਲ ਗਿਆ? ਸਵੇਰੇ ਮਿਲਿਆ ਜੇ, ਅਜੇ ਖੋਲਿਆ ਨੀ ਜੇ। ਉਹ ਲੋਹੜੀ ਦਾ ਤੋਹਫਾ ਭੇਜਿਆ ਤੁਹਾਡੇ ਵਾਸਤੇ। ਲੋਹੜੀ ਦਾ ਤੋਹਫਾ? ਹਾਂ। ਕਿਹੜਾ ਤੋਹਫਾ ਭਾਜੀ? ਚਾਰ ਗੋਲੀਆਂ ਨੇ ਉਹਦੇ ਚ, ਇੱਕ ਗੋਲੀ ਖਾਓ 1500 ਉਮਰ ਘੱਟ ਲੱਗਣ ਲੱਗ ਪੈਂਦੀ ਹੈ। ਹੈ? ਮੈਂ ਵੀ ਖਾਵਾਂਗਾ। ਭਰਾ ਨੂੰ ਵੇਖਦੇ ਤਾਂ ਤੂੰ ਵੀ ਖਾ ਲੈ। ਬਾਕੀ ਜਿਹੜੀਆਂ ਦੋ ਗੋਲੀਆਂ ਨਾ ਪਿੰਡ ਮੰਮੀ ਪਾਪਾ ਨੂੰ ਭੇਜ ਦੋ। ਠੀਕ ਹੈ ਭਾਜੀ, ਮੈਂ ਆ ਰਿਹਾ ਹਫ਼ਤੇ ਬਾਅਦ। ਕਿਆ ਬਾਤ ਹੈ, ਵੱਡੇ ਭਾਜੀ ਦਾ ਫੋਨ ਸੀ ਕੈਨੇਡਾ ਵਾਲੇ। ਕੀ ਕਹਿੰਦੇ? ਕਹਿੰਦੇ ਮੈਂ ਜਿਹੜਾ ਸਵੇਰੇ ਕੋਰੀਅਰ ਭੇਜਿਆ ਨਾ, ਉਹਦੇ ਵਿੱਚ ਚਾਰ ਗੋਲੀਆਂ ਭੇਜੀਆਂ ਨੇ। ਕਾਹਦੀਆਂ? ਉਹ ਕਹਿੰਦੇ ਉਹ ਬੜੀਆਂ ਵਧੀਆ ਗੋਲੀਆਂ ਨੇ, ਤੁਸੀਂ ਇੱਕ ਖਾਣੀ ਹੈ ਤੇ ਇੱਕ ਮੈਂ ਖਾਣੀ ਹੈ। 15 ਸਾਲ ਛੋਟੀ ਉਮਰ ਹੋ ਜਾਣੀ ਸਾਡੀ। 15 ਸਾਲ ਤੇ ਛੱਡ ਫਿਰ ਡਾਈ ਨੂੰ, ਗੋਲੀਆਂ ਲਿਆ ਤੂੰ ਜਲਦੀ। ਹੁਣੇ ਆਈ। ਲਿਆ 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 ਲਿਆ। ਉਹ ਭਰਾਵਾ ਭਰਜਾਈ, ਉਹ ਕਿੱਥੇ ਡੁੱਬ ਗਏ? ਭਾਜੀ ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਪਹਿਚਾਨਿਆ ਨੀ। ਭਾਜੀ ਮੈਂ ਤੁਹਾਡੀ ਭਰਜਾਈ। ਉਹ ਰੇਖਾ, ਓਏ ਹੋਏ ਕੁੜੀ ਲੱਗਣ ਲੱਗ ਪਈ, ਸਿਰੇ ਵੀ ਗੋਲੀ ਜਵਾਨ ਲੱਗਣ ਲੱਗ ਪਈ। ਭਾਜੀ ਤੁਸੀਂ ਵੀ ਤੇ ਇੱਕੋ ਗੋਲੀ ਨਾਲ ਜੇਠ ਤੋਂ ਦਿਓਰ ਲੱਗਣ ਲੱਗ ਪਏ ਹੋ। ਸਿਰਫ ਇੱਕ ਗੋਲੀ ਨੇ ਕਮਾਲ ਕੀਤਾ, ਕੈਨੇਡਾ ਕਮਾਲ ਹੈ ਜੀ। ਉਹ ਭਰਾ ਕਿੱਥੇ? ਆਪਣਾ ਭਰਾ? ਆ ਚੱਕੋ ਆਪਣਾ ਭਰਾ। ਆ ਕਿੱਦਾਂ? ਮੈਂ ਤੇ ਇੱਕ ਗੋਲੀ ਖਾਧੀ ਸੀ। ਐਵੇਂ ਬਕਵਾਸ ਕਰੀ ਜਾਂਦੀ ਹੈ। ਇਹਨਾਂ ਨੇ ਲਾਲਚ ਆ ਕੇ ਤਿੰਨੋਂ ਹੀ ਖਾ ਲਈਆਂ। ਥੈਂਕ ਯੂ ਵੀਰੇ, ਤਿੰਨ ਗੋਲੀ ਖਾ ਕੇ ਮਜ਼ਾ ਹੀ ਆ ਗਿਆ।